ਕੁਝ ਦਿਨ ਪਹਿਲਾਂ ਅਸੀਂ ਤੁਹਾਨੂੰ ਇੱਕ ਬਜ਼ੁਰਗ ਜੋੜੇ ਦੀ ਦਾਸਤਾਨ ਦਿਖਾਈ ਸੀ ਜਿਸ ਵਿੱਚ ਕੀ ਚੰਗਾ ਸਮਾਂ ਉਹਨਾਂ ਦਾ ਜਾ ਚੁੱਕਿਆ ਸੀਗਾ ਵੱਡੇ ਜ਼ਮੀਂਦਾਰ ਸੀਗੇ ਪਰ ਵਕਤ ਦੀ ਮਾਰ ਪਈ ਅਤੇ ਅੱਜ ਜੈਤੂ ਦੀ ਦਾਣਾ ਮੰਡੀ ਵਿੱਚ ਛੱਡ ਥੱਲੇ ਆਪਣੀ ਜ਼ਿੰਦਗੀ ਕੱਟ ਰਹੇ ਨੇ ਉਹਨਾਂ ਦੇ ਕੋਲ ਸਮਸਤ ਵੀ ਪਹੁੰਚੇ ਨੇ ਕਿਉਂਕਿ ਇਹਨਾਂ ਕੋਲ ਖਾਣੇ ਦੀ ਬੇਹ ਜਿਆਦਾ ਦਿੱਕਤ ਸੀਗੀ ਚਾਹ ਪਾਣੀ ਬਣਾਉਣ ਨੂੰ ਰੋਟੀ ਬਣਾਉਣ ਨੂੰ ਆਟਾ ਨਹੀਂ ਸੀਗਾ ਉਹ ਸਾਰੀ ਜ਼ਰੂਰਤ ਦੀ ਚੀਜ਼ਾਂ ਜੋ ਨੇ ਉਹ ਇੱਥੇ ਲੈ ਕੇ ਪਹੁੰਚੇ ਹੋਏ ਨੇ ਤਾਂ ਸਮਾਜਿਕ ਸਸਤਾ ਜੋ ਨੇ ਉਹਨਾਂ ਬਾਰੇ ਇਹ ਉਪਰਲਾ ਦਿੱਤਾ ਗਿਆ ਵਿਸ਼ਾਲ ਜੀ ਇੱਥੇ ਪਹੁੰਚੇ ਵਿਸ਼ਾਲ ਜੀ ਨਾਲ ਗੱਲਬਾਤ ਕਰਾਂਗੇ ਆਪਾਂ ਵਿਸ਼ਾਲ ਜੀ ਸਭ ਤੋਂ ਪਹਿਲੇ ਜਾਨਣਾ ਚਾਹਾਂਗੇ ਤੁਹਾਡੇ ਬਾਰੇ ਜਾਨਣਾ ਚਾਹਾਂਗੇ ਸੰਸਥਾ ਬਾਰੇ ਜਾਨਣਾ ਚਾਹਾਂ। ਸਰ ਸਾਡੀ ਸੰਸਥਾ ਹੈਗੀ ਹੈ ਪ੍ਰਗਤੀ ਵੈਲਫੇਅਰ ਸੁਸਾਇਟੀ ਜੋ ਕਿ ਅਸੀਂ ਗਰੀਬ ਪਰਿਵਾਰਾਂ ਦੀ ਸਾਰੇ ਦੀ ਹੈਲਪ ਕਰਦੇ ਆਂ ਰਾਸ਼ਨ ਜਿਨ੍ਹਾਂ ਕੋਲ ਨਹੀਂ ਹੁੰਦਾ ਸਰ ਰਾਸ਼ਨ ਤੱਕ ਪ੍ਰੋਵਾਈਡ ਕਰਵਾ ਕੇ ਦਿੰਨੇ ਆ ਜੀ ਤੇ ਜਿਨ੍ਹਾਂ ਵੀ ਬਜ਼ੁਰਗਾਂ ਦੇ ਘਰ ਛੱਤਾਂ ਡਿੱਗੀਆਂ ਹੋਈਆਂ ਜੋ ਨਹੀਂ ਬਣਾਸੇ ਸੀ ਉਹ ਵੀ ਉਹਨਾਂ ਨੂੰ ਬਣਵਾ ਕੇ ਦਿੰਨੇ ਆ ਸਰ ਜੀ ਤੇ ਤੁਹਾਡੀ ਡਿਸਕਵਰੀ ਸਟੋਰੀ ਦੇਖੀ ਤੇ ਉਸ ਤੋਂ ਬਾਅਦ ਮੈਂ ਤੁਹਾਡਾ ਨਸਮਰਕ ਕਰਕੇ ਫਿਰ ਇੱਥੇ ਪਹੁੰਚਿਆ ਜੀ ਇਹਨਾਂ ਨੂੰ ਰਾਸ਼ਨ ਦੇਣ ਕੀ ਹਾਲਾਤ ਲੱਗੇ ਕਿਉਂਕਿ ਤੁਸੀਂ ਲਗਾਤਾਰ ਸੇਵਾ ਕਰਦੇ ਰਹਿੰਦੇ ਹੋ ਕਿਸ ਤਰੀਕੇ ਦੇ ਹਾਲਾਤ ਲੱਗੇ ਇਹਨਾਂ ਦੇ ਕਿਉਂਕਿ ਨਾ ਨਾਨ ਨੂੰ ਥਾਂ ਸੀਗੀ ਇਹਨਾਂ ਕੋਲ ਨਾ ਬੈਠਣ ਨੂੰ ਚੱਜ ਨੂੰ ਥਾਂ ਹੈਗੀ ਆ ਸਰ ਅਸੀਂ ਵੇਖ ਕੇ ਬਹੁਤ ਜ਼ਿਆਦਾ ਮਨ ਨੂੰ ਦੁੱਖ ਆਉਂਦਾ ਵੀ ਇੱਕ ਵੇਖ ਕੇ ਬਹੁਤ ਜ਼ਿਆਦਾ ਮਨ ਨੂੰ ਦੁੱਖ ਆਉਂਦਾ ਕਿ ਇੱਕ ਪੰਜਾਬੀ ਪਰਿਵਾਰ ਮਤਲਬ ਪਰਿਵਾਰ ਇੱਕ ਇਸ ਤਰ੍ਹਾਂ ਬਹਲਾ ਮਾੜੇ ਹਾਲਾਤ ਵਿੱਚ ਰਹਿ ਰਿਹਾ ਹੈ ਤੇ ਸਾਡੀ ਵੈਸੇ ਕੋਸ਼ਿਸ਼ ਹੈ ਰਿਪੇਅਰ ਵਾਲੇ ਛੱਤਾਂ-ਚੱਤਾਂ ਪਾ ਕੇ ਦਿੰਦੇ ਸੀ ਅਸੀਂ ਕੋਸ਼ਿਸ਼ ਇਹ ਕਰਾਂਗੇ ਕਿ ਇਹਨਾਂ ਨੂੰ ਇੱਕ ਜਗ੍ਹਾ ਚੰਗੀ ਛੱਤ ਤੇ ਬਿਠਾ ਕੇ ਕੋਸ਼ਿਸ਼ ਆਪਦੇ ਵੱਲੋਂ ਪੂਰੀ ਕਰਾਂਗੇ ਕਿ ਇਹਨਾਂ ਨੂੰ ਇੱਕ ਚੰਗੀ ਥਾਂ ਦਿੱਤੀ ਜਾਵੇ ਜੀ ਸੋ ਸਚਾਰੀ ਆਪਦੀ ਟੀਮ ਨਾਲ ਗੱਲ ਕਰਾਂਗੇ ਕਿ ਵੀ ਇੱਕ ਪਰਿਵਾਰ ਹੈ ਜੋ ਕਿ ਇੱਕ ਖੁੱਲੇ ਥਾਂ ਤੇ ਰਹਿ ਰਿਹਾ ਹੈ ਆਸੇ-ਪਾਸੇ ਅਸੀਂ ਇਹਨਾਂ ਨਾਲ ਵੀ ਪੂਰੀ ਹਮਦਰਦੀ ਵੀ ਹੈ ਸਾਨੂੰ ਤੇ ਹੁਣ ਅਸੀਂ ਇਹ ਕਹਿੰਦੇ ਹਾਂ ਜੀ ਕਿ ਜਦੋਂ ਵੀ ਇਹਨਾਂ ਦੇ ਕੋਲ ਰਾਸ਼ਨ ਮੁੱਕੂਗਾ ਤਾਂ ਅਸੀਂ ਇਹਨਾਂ ਨੂੰ ਉਦੋਂ ਨਾਲ ਦੀ ਨਾਲ ਪ੍ਰੋਵਾਈਡ ਕਰਵਾਵਾਂਗੇ ਸਰ ਜੀ ਹਾਂ ਜੀ ਮਾਤਾ ਜੀ ਠੀਕ ਹੋ ਹਾਂ ਜੀ ਮਰੇ ਸਾਹ ਉਸਮਾਨ ਲੈ ਕੇ ਆ ਗਿਆ ਬਾਈਰ ਤੁਹਾਡੇ ਕੋਲੋਂ ਠੀਕ ਹੋ ਹਾਂਜੀ ਠੀਕ ਆ ਜੀ ਖੁਸ਼ ਆ ਜੀ ਹਾਂਜੀ ਹਾਂਜੀ ਖੁਸ਼ ਆ ਜੀ ਅਸੀਂ ਸਾਨੂੰ ਸਮਾਨ ਜਦੋਂ ਮੁੱਕ ਜੂਗਾ ਉਦੋਂ ਹੀ ਤੁਹਾਨੂੰ ਫੋਨ ਕਰ ਦਾਂਗੇ ਵੀ ਪਈ ਅੱਜ ਮਹੀਨੇ ਤੋਂ ਸਮਾਨ ਮੁੱਕ ਗਿਆ ਸਾਨੂੰ ਭੇਜ ਦਿਓ ਆ ਵੀ ਸਮਝ ਗਏ ਸਾਡੀ ਇਹ ਤੋ ਐਸੀ ਕਿਹੜੀ ਕਿਹੜੀ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ ਜਿਹੜੀਆਂ ਮਿਲ ਗਈਆਂ ਨੇ ਇਹ ਜੀ ਸਾਨੂੰ ਆਟੇ ਦੀ ਤੇ ਖੰਡ ਚਾ ਤੇ ਸਾਬਣ ਨਹਾਉਣ ਵਾਲਾ ਤੇ ਸਾਬਣ ਦੇ ਧੋਣ ਵਾਲਾ ਇਹਨਾਂ ਚੀਜ਼ਾਂ ਦੀ ਤੇ ਕਿਉਂ ਇਹਨਾਂ ਚੀਜ਼ਾਂ ਦੀ ਬੈਲਡ ਹੋਤਾ ਜਿਹੜੇ ਬਿਸਕੁਟਾ ਜਾਂ ਕੋਸੇ ਉਹ ਤਾਂ 10 ਰੁਪਏ ਦੇ ਸੀ ਆਪ ਵੀ ਲੈ ਸਕਦੇ ਹੈ ਮੇਰੇ ਚੱਲ ਚੱਤ ਮੰਨੇ ਖਾਣੇ ਤਾਂ ਕਿੱਥੀ ਚੱਲ ਨਹੀਂ ਰੁਥੀ ਚੱਤ ਮੰਨੇ ਕਿਥੀ ਹੁੰਦਾ ਐਸੇ ਜੀ ਤੇ ਉਹ ਜਦ ਕਿ ਸਾਰੇ ਦੇਤੇ ਜਿਹੜੀ ਆਮ ਚੀਜ਼ਾਂ ਆਪਾਂ ਵਰਤਦੇ ਆ ਉਹਨੇ ਹੀ ਲੋੜ ਆਪ ਨੂੰ ਹਲ ਠੰਗ ਫਲੰਗ ਦੀ ਕੋਈ ਲੋੜ ਨਹੀਂ ਵੀ ਤੁਜਾ ਸਹੀ ਦਾ ਪਰਵਾਹ ਚਾਹੀਦਾ ਉਹ ਚਾਹੀਦਾ ਇਹਨਾਂ ਤੇ ਬੱਪੂ ਕਰਦਾ ਸਾਰਾ ਸਮਾਨ ਹੈ ਜਿਹੜਾ ਵਰਤਦਾ ਹੈ ਨਮਕ ਮਿਰਚ ਸਾਰੀ ਸਾਰੀ ਚੀਜ਼ਾਂ ਦੇ ਵਿੱਚ ਹਲਦੀ ਮਿਰਚ ਉਹ ਆਪਾਂ ਨੂੰ ਜਿਵੇਂ ਹਲਦੀ ਹੈ ਨੂਨ ਹੈ ਮਿਰਚ ਇਹ ਤਾਂ ਆਪਾਂ ਨੂੰ ਚਾਹੀਦੀ ਚਾਹੀਦਾ ਜੇ ਨੂਨ ਮਿਰਚੂ ਤਾਂ ਦਾਲ ਤਾਂ ਰਾਂਗੇ ਹਾਂ ਤੇ ਨਹੀਂ ਫਿਰ ਦਾਲ ਕੱਢੀ ਤਾਂ ਰਾਂਗੇ ਹੈ ਹੈ ਜੀ ਹੋ ਜਾਨ ਤੈ 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 ਸਾਨੂੰ ਕਹਿੰਦੇ ਦਿੰਦੇ ਸੀ ਮੈਂ ਵੀ ਕਹਿੰਦੇ ਮੇਰੇ ਕੋਲ ਪੈ ਜਾਂਦਾ ਕਿ ਲੋ ਮੈਨ ਮੇ ਤੇ ਖਰਾਬ ਹੋ ਜਾਂਨਗੇ ਮੈਂ ਆਖਿਆ ਉਹਨਾਂ ਨੂੰ ਹਾਂ ਮੈਂ ਕਿਹਾ ਚੱਲ ਤੂੰ ਫੇਰ ਆ ਫੇਰ ਦੇ ਦੇ ਤੂੰ ਇਹ ਵਾਈਫ ਕੀ ਤਾਂ ਮੇਰੀ ਅੰਕੀ ਤਾਂ ਕਿਹੜੀ ਨਹੀਂ ਚਾਹੀਦੀ ਜੁੱਤੀ ਜੁੱੜਾ ਵੀ ਚਾਹੀਦਾ ਜੀੜੀ ਵੀ ਚਾਹੀਦੀ ਪਾਉਣ ਨੂੰ ਇਹ ਹੋਏ ਜੀ ਇਹ ਤਾਂ ਗੱਲਾਂ ਵੀ ਛੋਟੀ ਮਿਹਰਬਾਨੀ ਵੀ ਜੋ ਤੁਸੀਂ ਮਹੀਨੇ ਤੋਂ ਸਾਨੂੰ ਭੇਜ ਦਿਆ ਕਰੋਗੇ ਤੇ ਤੁਹਾਨੂੰ ਫੋਨ ਕਰਦਾ ਕਰਾਂਗੇ ਮਹੀਨੇ ਤੋਂ ਉੱਤੇ ਪਹਿਲਾਂ ਨਹੀਂ ਕਰਦੇ ਮਾਤਾ ਜੀ ਜੇ ਪਹਿਲੇ ਵੀ ਕਦੇ ਕੋਈ ਚੀਜ਼ ਦੀ ਲੋੜ ਪੈਂਦੀ ਹੈ ਤਾਂ ਤੁਹਾਨੂੰ ਨੰਬਰ ਦੇ ਜਾਣਗੇ ਇਹਨਾਂ ਨਾਲ ਗੱਲਬਾਤ ਕਰ ਲਿਓ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਕੁਝ ਗੱਲਬਾਤ ਕੋਈ ਹੋਰ ਦਿੱਕਤ ਸਭ ਤੋਂ ਵੱਡੀ ਕੋਈ ਬਸ ਜੀ ਹੁਣ ਗੱਲ ਕੀ ਕਰਾਂ ਜੀ ਮੈਂ ਇਹ ਕਹਿ ਰਿਹਾ ਸੀ ਇਹਨਾਂ ਨੂੰ ਕੋਈ ਮੈਡੀਕਲ ਦੀ ਸਵਾਪ ਪੈਂਦੀ ਹੈ ਜ਼ਰੂਰਤ ਪੈਂਦੀ ਹੈ ਜਦੋਂ ਮਰਜ਼ੀ ਮੈਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ ਇਹਨਾਂ ਦੱਸਿਆ ਵੀ ਅੱਖਾਂ ਦੀ ਕੋਈ ਪ੍ਰੋਬਲਮ ਹੈ ਜੋ ਚੈੱਕਅਪ ਹੈ ਜੋ ਮਰਜ਼ੀ ਮੇਰੇ ਕੋਲ ਮੈਡੀਕਲ ਆਉ ਕਰਵਾ ਦਿੰਨੇ ਜੀ ਠੀਕ ਹੈ ਬਿਲਕੁਲ ਇਹ ਲੋਕ ਇੱਥੇ ਪਹੁੰਚੇ ਨੇ ਜ਼ਰੂਰਤ ਸੀਗੇ ਇਹਨਾਂ ਦੀ ਜੋ ਜ਼ਰੂਰਤ ਦਾ ਸਾਰਾ ਸਮਾਨ ਲੈ ਕੇ ਇਹਨਾਂ ਕੋਲ ਪਹੁੰਚੇ ਨੇ ਫਿਰ ਗੱਲ ਕਰੀਏ ਤਾਂ ਸਰਕਾਰ ਵੱਲੋਂ ਦੇਖਦੇ ਆ ਕਿ ਸਰਕਾਰ ਵੱਲੋਂ ਇਹਨਾਂ ਵਾਸਤੇ ਕੀ ਉਪਰਾਲਾ ਕੀਤਾ ਜਾਂਦਾ ਕਿਉਂਕਿ ਸਮਾਜ ਸੇਵੀ ਲੋਕ ਜੋ ਨੇ ਉਹ ਹਰ ਕਦਮ ਤੇ ਜ਼ਰੂਰਤਮੰਦਾਂ ਦੀ ਬਾਹ ਫੜਦੇ ਨੇ ਅਤੇ ਇਸ ਵਾਰ ਵੀ ਸਮਾਜ ਸੇਵੀ ਅੱਗੇ ਆਏ ਨੇ ਸੰਸਥਾ ਅੱਗੇ ਆਈ ਹੈ ਅਤੇ ਇਹਨਾਂ ਦਾ ਜੋ ਤੱਕ ਵੀ ਇਹ ਚਾਣਗੇ ਇਹਨਾਂ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਕਰਦਾ ਸਾਰਾ ਸਮਾਨ ਇਹਨਾਂ ਨੂੰ ਨਿਸ਼ੁਲਕ ਫਰੀ ਇਹ ਲੋਕ ਇੱਥੇ ਦੇਖੇ ਜਾਣਗੇ ਇਹਨਾਂ ਨੇ ਵਾਦਾ ਕੀਤਾ ਹੈ ਤੇ ਜਲਦ ਹੀ ਹੋ ਸਕਦਾ ਹੈ ਕਿ ਇਹਨਾਂ ਨੂੰ ਖੁਦ ਦਾ ਕਰ ਨਸੀਬ ਹੋ ਜਾਏ ਕਿਉਂਕਿ ਪਹਿਲੇ ਦੀ ਗੱਲ ਕਰੀਏ ਤਾਂ ਵੱਡੇ ਕਰਾਬ ਵਿੱਚ ਰਹੇ ਹੋਏ ਨੇ ਪਰ ਇਸ ਵਕਤ ਦੀ ਗੱਲ ਕਰੀਏ ਛੱਤ ਦੀ ਲੋੜ ਹੈਗੀ ਤਾਂ ਇਹਨਾਂ ਵੱਲੋਂ ਇੱਕ ਹੋਰ ਆਸ਼ਵਾਸਨ ਦਿੱਤਾ ਗਿਆ ਹੈ ਕਿ ਜਲਦ ਹੀ ਗੱਲ ਕਰਕੇ ਹੋ ਸਕਦਾ ਹੈ ਇਹਨਾਂ ਲਈ ਕਰ ਵੀ ਮੁਹैया ਕੀਤਾ ਜਾ ਸਕੇ ਜੈਤੋ ਤੋਂ ਕੈਮਰਾ ਬੋਸ ਰਾਜेश ਬਾਗੜੀ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸੂਰਿਆ ਟੀਵੀ अलीशा बेगम एक औरत एक औरत ही समझ सकती है रूहानी काली शक्तियां मालकान दुनिया का सब तो चमत्कारी इलमेरे को लव मैरिज पति पत्नी चगड़ा स्वतंत्र दुश्मन तो छुटकारा तलाक केस बुरे सपने विदेश यात्रा बुरी संगत ज नशा छुड़ा बीमारी च दवा न लगना वशीकरण एक सच्चाई है वशीकरण करवाओ मन चाह प्यार पाओ किस्मत लॉटरी का योग है या नहीं सच्चाई जानो लॉटरी नंबर पाओ भावे छह सौ उन्जा होगा जोटोमैक्स ग्यारह घंटे करवाओ हर परेशानी का हल घर बैठे अस्टाम पेपर से लिख के लवो कम की गारंटी ਜੇ ਜਕੜੇ ਤੋਂ ਬਾਹਰ ਹੈ ਤੁਰੰਤ ਸੰਪਰਕ ਕਰੋ ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ ਅਲੀਸ਼ਾ ਬੇਗਮ ਵਰਲਡ ਫੇਮਸ ਬਾਬਾ ਸਲੀਮ ਖਾਨ ਇੱਕ ਹੀ ਵਾਰ 골ਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਓਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 121% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰੋਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚਨਪਨ ਜਾਂ ਦੁਟੋਨਾ ਮਨਮੋਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਰੁਸੇ ਨੂੰ ਮਣਾਓ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 9819937460